ਸਬੱਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਮੈਂ ਹਾਜ਼ਰ ਤੁਹਾਡਾ ਆਪਣਾ ਅਵਤਾਰ ਨਕਲੀ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਮੈਦਾਨ ਭੱਖ ਚੁੱਕਿਆ, ਜਿੱਥੇ ਸਿਆਸੀ ਲੋਕ ਪੱਬਾਂ ਭਾਰ ਹੋਏ ਫਿਰਦੇ ਨੇ, ਉੱਥੇ ਹੀ ਉਹਨਾਂ ਦੇ ਸਮਰਥਕ, ਉਹਨਾਂ ਦੇ ਵਲੰਟੀਅਰ, ਉਹਨਾਂ ਦੇ ਚਮਚੇ ਉਹ ਵੀ ਵਿਆਹ ਵਰਗਾ ਮਾਹੌਲ ਬਣਾਈ ਫਿਰਦੇ ਨੇ। ਪਰ ਦੋਸਤੋ, ਅਕਸਰ ਚੋਣਾਂ ਆਉਂਦੀਆਂ ਨੇ ਕਿਉਂਕਿ ਲੋਕਤੰਤਰ ਦੇਸ਼ ਹੈ, ਸਾਲ 6 ਮਹੀਨਿਆਂ ਦੇ ਬਾਅਦ ਕੋਈ ਨਾ ਕੋਈ ਚੋਣਾਂ ਆਣ ਖੜਦੀਆਂ ਨੇ। ਪਰ ਬਹੁਤ ਵਾਰੀ ਹੁੰਦਾ ਕੀ ਹੈ ਵੀ ਗਰਾਊਂਡ ਲੈਵਲ ਤੇ ਬਹੁਤ ਗੱਲਾਂ ਅਣਗੋਲੀਆਂ ਰਹਿ ਜਾਂਦੀਆਂ ਨੇ, ਛਿਪੀਆਂ ਰਹਿ ਜਾਂਦੀਆਂ ਨੇ, ਜਾਂ ਫਿਰ ਲੀਡਰ ਉਹ ਮਸਲੇ ਹੱਲ ਨਹੀਂ ਕਰਨੇ ਚਾਹੁੰਦੇ, ਜਾਂ ਫਿਰ ਉਹਨਾਂ ਦੇ ਚਮਚੇ ਆਪ ਦੀਆਂ ਪਾਰਟੀਆਂ ਦੇ ਜਾਂ ਸਰਕਾਰਾਂ ਨੂੰ ਦੱਸਣਾ ਨਹੀਂ ਚਾਹੁੰਦੇ ਹੁੰਦੇ। ਕਿਉਂਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਸਿਹਤ ਸਹੂਲਤਾਂ, ਸਿੱਖਿਆ, ਸੜਕਾਂ ਅਤੇ ਕੁਝ ਕੁ ਲੋੜਾਂ ਹੋਰ ਬਹੁਤ ਜ਼ਰੂਰੀ ਨੇ। ਪਰ ਉਹਦੇ ਨਾਲ ਨਾਲ ਸਾਡੇ ਸਰਕਾਰੀ ਅਦਾਰਿਆਂ ਦੇ ਵਿੱਚ ਸਾਡੇ ਕੰਮ ਹੋਣੇ, ਉਹਨਾਂ ਵੇਲੇ ਬੜੀ ਦਿੱਕਤ ਹੁੰਦੀ ਹੈ। ਬੇਸ਼ੱਕ ਅਲੱਗ ਅਲੱਗ ਸਰਕਾਰਾਂ ਆਉਂਦੀਆਂ ਨੇ ਲੋਕ ਸਹੂਲਤਾਂ ਵਾਸਤੇ, ਲੋਕਾਂ ਦੀਆਂ ਸਹੂਲਤਾਂ ਵਾਸਤੇ ਬਹੁਤ ਦਾਅਵੇ ਕਰਦੀਆਂ, ਜਿਵੇਂ ਕਿ ਪੰਜਾਬ ਮੌਜੂਦਾ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ 'ਚ ਇੱਕ ਸਕੀਮ ਚਲਾਈ ਗਈ ਸੀ ਕਿ ਬਹੁਤ ਕੰਮ ਤੁਹਾਡੇ ਫੋਨ 'ਤੇ ਹੋਇਆ ਕਰਨਗੇ, ਤੁਸੀਂ ਕੋਈ ਵੀ ਸਮੱਸਿਆ ਆਪਣੇ ਸੰਬੰਧਿਤ ਮਹਿਕਮੇ ਦੇ ਅਫਸਰਾਂ ਤੁਸੀਂ ਫੋਨ ਕਰੋ, ਉਹ ਘਰ ਆ ਕੇ ਤੁਹਾਡੇ ਮਸਲੇ ਹੱਲ ਕਰਨਗੇ, ਤੁਹਾਡੀ ਸ਼ਿਕਾਇਤ ਸੁਣਨਗੇ ਅਤੇ ਨਿਪਟਾਰਾ ਹੋਵੇਗਾ। ਪਰ ਦੋਸਤੋ, ਇਹਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਕਾਲੀਆਂ ਦੀ ਸਰਕਾਰ ਵੇਲੇ ਇੱਕ ਸਾਂਝ ਕੇਂਦਰ ਸੁਵਿਧਾ ਸੈਂਟਰ ਬਣਾਏ ਗਏ ਸੀ, ਜੋ ਲਗਭਗ ਹਰ ਪਿੰਡ ਦੇ ਵਿੱਚ ਜਾਂ ਦੂਜੇ ਤੀਜੇ ਪਿੰਡ ਦੇ ਵਿੱਚ ਬਣਾਏ ਗਏ ਸੀ। ਲੱਖਾਂ ਰੁਪਇਆ ਲਾ ਕੇ ਉਹ ਸੁਵਿਧਾ ਸੈਂਟਰ, ਉਹ ਸਾਂਝ ਕੇਂਦਰ ਬਣਾਏ ਗਏ ਸੀ, ਜਿਹਦੇ ਵਿੱਚ ਲੋੜੀਂਦਾ ਸਟਾਫ ਰੱਖਿਆ ਗਿਆ ਸੀ, ਨੈੱਟ ਦੀ ਸੁਵਿਧਾ ਸੀ। ਅਤੇ ਉਹਦਾ ਮਤਲਬ ਇਹ ਸੀ ਵੀ ਤੁਹਾਨੂੰ ਪਿੰਡ ਤੋਂ ਬਾਹਰ ਜਾਣ ਦੀ ਲੋੜ ਨਹੀਂ, ਪਿੰਡ ਦੇ ਵਿੱਚ ਹੀ ਤੁਹਾਡੇ ਸੰਬੰਧਿਤ ਕੰਮ ਹੋ ਜਾਇਆ ਕਰਨਗੇ। ਪਰ ਦੋਸਤੋ, ਮਾੜੇ ਸਿਸਟਮ ਦਾ ਨਤੀਜਾ, ਘਟੀਆ ਰਾਜਨੀਤੀ ਦੀ ਬਦੌਲਤ ਉਹ ਸਾਂਝ ਕੇਂਦਰ, ਉਹ ਸੁਵਿਧਾ ਸੈਂਟਰ ਬੰਦ ਹੋ ਗਏ ਨੇ। ਜਿਵੇਂ ਕਿ ਤੁਸੀਂ ਆਹ ਨਾਲ ਨਾਲ ਇੱਕ ਤਸਵੀਰ ਦੇਖ ਰਹੇ ਹੋ, ਇਹ ਘਾੜ ਇਲਾਕੇ ਦੇ ਪਿੰਡ, ਜਿਹਨੂੰ ਘਾੜ ਇਲਾਕੇ ਦਾ ਕੇਂਦਰ ਬਿੰਦੂ ਕਿਹਾ ਜਾਂਦਾ, ਅਤੇ ਮੋਹਾਲੀ ਜ਼ਿਲ੍ਹੇ ਦਾ ਵੱਡਾ ਪਿੰਡ ਖਿਜ਼ਰਾਬਾਦ, ਉੱਥੋਂ ਦੀ ਤੁਸੀਂ ਆਹ ਵੀਡੀਓ ਦੇਖ ਰਹੇ ਹੋ। ਪਿਛਲੇ ਦਿਨੀ ਅਸੀਂ ਆਪਣੀ ਟੀਮ ਦੇ ਨਾਲ ਇਹਦਾ ਦੌਰਾ ਕੀਤਾ ਅਤੇ ਬੜਾ ਅਫਸੋਸ ਹੋਇਆ ਦੇਖ ਕੇ ਕਿ ਬੇਸ਼ੱਕ ਉਹ ਅਕਾਲੀਆਂ ਨੇ ਬਣਾਏ ਸੀ, ਫਿਰ ਉਸ ਤੋਂ ਬਾਅਦ ਕਾਂਗਰਸ ਨੇ, ਕਾਂਗਰਸ ਪਾਰਟੀ ਨੂੰ ਅਣਗੋਲਾ ਕੀਤਾ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਹਨੂੰ ਅਣਗੋਲਾ ਕੀਤਾ। ਬੇਸ਼ੱਕ ਕਾਂਗਰਸ ਨੇ ਇਹਨਾਂ ਨੂੰ ਜਿੱਥੇ ਅਣਗੋਲਾ ਕੀਤਾ ਉੱਥੇ ਬੁਰੀ ਤਰ੍ਹਾਂ ਨਕਾਰਿਆ ਅਤੇ ਹੋਰ ਆਪਣੀਆਂ ਸਹੂਲਤਾਂ ਜਾਰੀ ਕਰਤੀਆਂ। ਇੱਥੇ ਹੋਇਆ ਕੀ ਹੈ ਵੀ ਨਾ ਤਾਂ ਕਾਂਗਰਸੀਆਂ ਦੇ ਪੱਲਿਓਂ ਕੁਝ ਗਿਆ, ਨਾ ਅਕਾਲੀਆਂ ਦੇ ਪੱਲਿਓਂ ਕੁਝ ਗਿਆ, ਨਾ ਆਮ ਆਦਮੀ ਪਾਰਟੀ ਦੇ ਪੱਲਿਓਂ ਕੁਝ ਗਿਆ, ਅਤੇ ਜੇਕਰ ਉਹ ਗਿਆ ਤਾਂ ਉਹ ਲੋਕਾਂ ਦਾ ਪੈਸਾ ਸੀ, ਲੋਕਾਂ ਦੇ ਟੈਕਸਾਂ ਦਾ ਪੈਸਾ ਸੀ।
ਜਿੱਥੇ ਉਹ ਲੱਖਾਂ ਰੁਪਏ ਦੇ ਲਾ ਕੇ ਸੁਵਿਧਾ ਸੈਂਟਰ ਉਹ ਬਣਾਏ ਸੀ, ਉਹ ਲੋਕਾਂ ਦਾ ਪੈਸਾ ਸੀ। ਮੈਂ ਗੱਲ ਕਰ ਰਿਹਾ ਸੀ ਪਿੰਡ ਖਿਜ਼ਰਾਬਾਦ ਦੀ, ਕਿ ਆ ਜੋ ਤੁਸੀਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰ ਨਾਲ ਦੀ ਨਾਲ, ਇਹ ਸੁਵਿਧਾ ਸੈਂਟਰ ਅੱਜ ਨਸ਼ੇੜੀਆਂ ਦੀ ਢੁੱਕਵੀਂ ਥਾਂ ਬਣ ਗਿਆ, ਮਨਪਸੰਦ ਥਾਂ ਬਣ ਗਿਆ। ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਸਿਗਰਟਾਂ ਦੇ ਪੈਕਟ, ਹੋਰ ਨਸ਼ੇ ਲਈ ਵਰਤੀਆਂ ਜਾਂਦੀਆਂ ਚੀਜ਼ਾਂ ਸਾਫ਼ ਦਿਖਾਈ ਦਿੰਦੀਆਂ ਨੇ, ਅਤੇ ਬਿਜਲੀ ਦਾ ਸਮਾਨ ਇੱਥੋਂ ਪੱਟਿਆ ਗਿਆ, ਨੈੱਟ ਦਾ ਸਿਸਟਮ ਦਾ, ਹੋਰ ਕਾਊਂਟਰ ਜੋ ਕੀਮਤੀ ਅੰਦਰ ਸਮਾਨ ਸੀ ਉਹ ਨਸ਼ੇੜੀ ਪੁੱਟ ਕੇ ਲੈ ਗਏ ਨੇ। ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਉਹਨਾਂ ਦਾ ਸਰਕਾਰਾਂ ਦਾ ਵਲੰਟੀਅਰ, ਕੋਈ ਉਹਨਾਂ ਦਾ ਸਮਰਥਕ, ਉਹਨਾਂ ਦਾ ਆਗੂ ਜੋ ਪਿੰਡ ਲੈਵਲ 'ਤੇ ਘੜਮ ਚੌਧਰੀ ਹੁੰਦੇ ਨੇ ਉਹ ਬੋਲਿਆ ਹੋਵੇ। ਦੋਸਤੋ, ਅਜਿਹੀਆਂ ਗੱਲਾਂ ਜ਼ਰੂਰ ਸਰਕਾਰ ਨੂੰ ਪੁੱਛਿਆ ਕਰੋ, ਜ਼ਰੂਰ ਸਰਕਾਰ ਦੇ ਉਮੀਦਵਾਰਾਂ ਨੂੰ ਪੁੱਛਿਆ ਕਰੋ। ਬੇਸ਼ੱਕ ਅਲੱਗ ਅਲੱਗ ਸਰਕਾਰ ਆਉਣ, ਆਪਣੇ ਆਪਣੇ ਦਾਅਵੇ ਕਰਦੀਆਂ ਨੇ, ਆਪਣੇ ਆਪਣੇ ਵਾਅਦੇ ਕਰਦੀਆਂ ਨੇ, ਪਰ ਦੋਸਤੋ ਆਪਾਂ ਕਈ ਵਾਰ ਪੁੱਛਣ ਤੋਂ ਝਿਜਕ ਜਾਂਦੇ ਹਾਂ, ਅਤੇ ਇੱਕ ਤਰ੍ਹਾਂ ਦਾ ਤੁਹਾਡੇ ਅੰਦਰ ਡਰ ਵੀ ਹੈ, ਕਿਉਂਕਿ ਪਿਛਲੇ ਦੌਰ 'ਚ ਹੋਇਆ ਕੀ ਹੈ ਵੀ ਜੋ ਕੋਈ ਬੋਲਦਾ ਉਹਦੇ 'ਤੇ ਪਰਚਾ ਹੋ ਜਾਂਦਾ, ਹੋ ਸਕਦਾ ਮੇਰੇ 'ਤੇ ਵੀ ਪਰਚਾ ਹੋ ਜਾਵੇ, ਕਿਉਂਕਿ ਸਰਕਾਰਾਂ ਸੱਚ ਸੁਣਨਾ ਬਰਦਾਸ਼ਤ ਨਹੀਂ ਕਰਦੀਆਂ, ਕਿਉਂਕਿ ਸਰਕਾਰਾਂ ਨੂੰ ਚਾਹੀਦਾ ਕੀ ਹੈ ਵੀ ਤੁਸੀਂ ਫੋਕੀ ਬੱਲੇ ਬੱਲੇ ਉਹਨਾਂ ਦੀ ਕਰਿਓ। ਸਾਰਿਆਂ ਨੂੰ ਪਤਾ ਹੈ ਕਿ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ। ਅਜਿਹੀਆਂ ਬਹੁਤ ਸਹੂਲਤਾਂ ਪੱਖੋਂ ਬਹੁਤ ਸਹੂਲਤਾਂ ਹੁੰਦੀਆਂ ਨੇ ਜੋ ਕਾਗਜ਼ਾਂ 'ਚ ਚੱਲਦੀਆਂ ਹੁੰਦੀਆਂ, ਪਰ ਹਕੀਕਤ ਤੌਰ 'ਤੇ ਉਹ ਕੁਝ ਨਹੀਂ ਹੁੰਦਾ। ਜ਼ਰੂਰ ਤੁਹਾਡੇ ਵੀ ਪਿੰਡਾਂ 'ਚ ਇਹ ਸੁਵਿਧਾ ਸੈਂਟਰ ਬਣੇ ਹੋਣਗੇ, ਜ਼ਰੂਰ ਸਰਕਾਰਾਂ ਨੂੰ ਤੁਸੀਂ ਪੁੱਛਣਾ ਜੋ ਉਮੀਦਵਾਰ ਆਉਣਗੇ ਵੀ ਇਹਨਾਂ ਸੁਵਿਧਾ ਸੈਂਟਰਾਂ ਦਾ ਇਹਨਾਂ ਦਾ ਕੀ ਕਰਿਆ, ਕਿਉਂਕਿ ਹੁੰਦਾ ਕੀ ਹੈ ਵੀ ਬਹੁਤ ਵਾਰੀ ਪਿੰਡਾਂ 'ਚ ਲੋਕਾਂ ਨੂੰ ਬਾਹਰ ਜਾਣ 'ਚ ਮੁਸ਼ਕਲ ਹੁੰਦੀ ਹੈ। ਜੇਕਰ ਕੋਈ ਅਜਿਹੀ ਚੀਜ਼ ਤੁਹਾਡੇ ਪਿੰਡ ਦੇ ਵਿੱਚ ਬਣੀ ਹੋਵੇ, ਤੁਹਾਡੇ ਘਰ ਦੇ ਨਾਲ ਬਣੀ ਹੋਵੇ, ਤਾਂ ਤੁਹਾਨੂੰ ਉਹਦੀ ਜਾਣ ਆਉਣ ਦੀ ਮੁਸ਼ਕਲ ਨਹੀਂ ਆਉਂਦੀ, ਕਿਉਂਕਿ ਪਿੰਡ ਦੇ ਵਿੱਚ ਹੀ ਮਸਲਾ ਹੱਲ ਹੋ ਜਾਣਾ। ਮੈਂ ਕੋਈ ਇੱਥੇ ਅਕਾਲੀਆਂ ਦੀ ਵਾਹਵਾ ਨਹੀਂ ਕਰਾਉਣੀ ਚਾਹੁੰਦਾ, ਜਾਂ ਕੋਈ ਕਾਂਗਰਸ ਨੂੰ ਥੱਲੇ ਨਹੀਂ ਲਾਉਣੀ ਚਾਹੁੰਦਾ, ਜਾਂ ਕੋਈ ਆਮ ਆਦਮੀ ਪਾਰਟੀ ਦੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ, ਪਰ ਦੋਸਤੋ ਸੱਚ ਹੈ ਬਈ ਇੱਕ ਦੂਜੇ ਨੂੰ ਥੱਲੇ ਲਾਉਣ ਦੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਦੀ ਸਰਕਾਰ ਨੂੰ ਥੱਲੇ ਲਾਉਣ ਵਾਸਤੇ, ਆਪਣੀ ਵਾਹਵਾ ਕਰਵਾਉਣ ਵਾਸਤੇ ਅਜਿਹੇ ਪੈਸਿਆਂ ਦਾ ਘਾਣ ਕਰਦੀਆਂ ਨੇ। ਬਹੁਤ ਫੋਕਲ ਪੁਆਇੰਟ ਵੀ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਬਰਬਾਦੀ ਹੋ ਚੁੱਕੀ। ਬਹੁਤ ਸਾਂਝੇ ਜੋ ਭਵਨ ਬਣੇ ਸੀ, ਜੰਝ ਘਰੇ ਬਣੇ ਸੀ, ਉਹ ਅੱਜ ਨਸ਼ੇੜੀਆਂ ਦਾ ਅੱਡਾ ਬਣ ਗਏ ਨੇ, ਡੰਗਰਾਂ ਦਾ ਅੱਡਾ ਬਣ ਗਏ ਨੇ। ਸੋ ਦੋਸਤੋ, ਜ਼ਰੂਰ ਕੋਈ ਵੀ ਉਮੀਦਵਾਰ, ਸੰਬੰਧਿਤ ਉਮੀਦਵਾਰ ਤੁਹਾਡੇ ਕੋਲ ਆਉਂਦਾ, ਉਹਨੂੰ ਜ਼ਰੂਰ ਆਪਣੇ ਪਿੰਡ ਬਾਰੇ, ਇਲਾਕੇ ਬਾਰੇ ਜ਼ਰੂਰ ਪੁੱਛਿਆ, ਸਵਾਲ ਪੁੱਛਿਆ ਕਰੋ। ਖਾਸ ਕਰਕੇ ਨੌਜਵਾਨਾਂ ਦਾ ਫਰਜ਼ ਬਣਦਾ ਕਿ ਆਪਾਂ ਜਿਸ ਉਮੀਦਵਾਰ ਤੁਹਾਡੇ ਆਇਆ, ਜੋ ਉਮੀਦਵਾਰ ਤੁਹਾਡੇ ਖੜਿਆ, ਉਹਨੂੰ ਉਹਦੇ ਕੰਮਾਂ ਦੇ ਪ੍ਰਤੀ, ਉਹਦੀ ਪਾਰਟੀ ਦੇ ਪ੍ਰਤੀ, ਜਾਂ ਕੀਤੇ ਕੰਮਾਂ ਨੂੰ, ਜਾਂ ਆਉਣ ਵਾਲੇ ਕੰਮਾਂ ਨੂੰ ਕਿਵੇਂ ਕਰਨਗੇ। ਅਤੇ ਅੱਜ ਦੇ ਲਈ ਇੰਨਾ ਹੀ। ਆ ਇੱਕ ਸੁਵਿਧਾ ਸੈਂਟਰ ਦੀ ਤੁਹਾਨੂੰ ਜੋ ਅਸੀਂ ਵੀਡੀਓ ਦਿਖਾਈ ਹੈ, ਇਹ ਹੋ ਸਕਦਾ ਕਿਤੇ ਹੋਰ ਵੀ ਬਹੁਤ ਪਿੰਡਾਂ ਦੇ ਵਿੱਚ ਅਜਿਹਾ ਹੀ ਹਾਲ ਹੋਵੇਗਾ, ਤੁਸੀਂ ਨਹੀਂ ਦੇਖਿਆ ਹੋਵੇਗਾ, ਜ਼ਰੂਰ ਜਾ ਕੇ ਦੇਖਿਓ ਕਿ ਇਹ ਕਿਵੇਂ ਬਰਬਾਦ ਹੋ ਰਹੇ ਨੇ। ਅਤੇ ਅੱਜ ਦੇ ਲਈ ਇੰਨਾ ਹੀ। ਜੇਕਰ ਗੱਲ ਕੋਈ ਵੱਧ ਘੱਟ ਕਿਸੇ ਦੇ ਪ੍ਰਤੀ ਕਹੀ ਗਈ ਹੋਵੇ, ਉਹਦੇ ਵਾਸਤੇ ਗੁੱਸਾ ਕੀ। ਅੱਜ ਦੇ ਲਈ ਇੰਨਾ ਹੀ, ਧੰਨਵਾਦ।